ਹੁੰਦਾ ਸੀ ਹੱਜ ਤੇ ਗਿਆ ਤੇ ਹੱਜ ਤੋਂ ਵਾਪਸ ਆਇਆ ਘਰ ਮੈਨੂੰ ਮਿਲਿਆ ਰਾਹ ਵਾਲੀ ਕਹਿੰਦਾ ਹੈਦਰੀ ਸਾਹਿਬ ਮੈਨੂੰ ਅਲੀ ਨੂੰ ਵਲੀਉੱਲਾ ਪੜ੍ਹਾਓ ਕਲਮੇ 'ਚ ਪੜ੍ਹਾਓ ਅਜ਼ਾਨ 'ਚ ਪੜ੍ਹਾਓ ਨਮਾਜ਼ 'ਤੇ ਤਸ਼ਾਹੁਦ 'ਚ ਪੜ੍ਹਾਓ ਉਹ ਮੈਂ ਕਿਹਾ ਯਾਰ ਤੇਰਾ ਤਾਂ ਮਸਲਕ ਹੀ ਦੂਜਾ ਹੈ ਤੂੰ ਅਲੀ ਨੂੰ ਵਲੀਉੱਲਾ ਕਿਉਂ ਪੜ੍ਹਨਾ ਚਾਹੁੰਦਾ ਕਿਸੇ ਜ਼ਾਕਰ ਦਾ ਬੰਦ ਸੁਣੀ ਜਿਹੜਾ ਦਿਲ 'ਤੇ ਅਸਰ ਕਰ ਗਿਆ ਕਹਿੰਦਾ ਨਹੀਂ ਮੈਂ ਕਿਹਾ ਕਿਸੇ ਮੁਬੱਲਗ ਦੀ ਤਕਰੀਰ ਸੁਣੀ ਆ ਤਾਂ ਸ਼ੀਆ ਹੋਣਾ ਚਾਹੁੰਦਾ ਕਹਿੰਦਾ ਨਹੀਂ ਮੈਂ ਕਿਹਾ ਕਿਤਾਬਾਂ 'ਚ ਰਿਸਰਚ ਕੀਤੀ ਆ ਪੰਚਨ ਪਾਕ ਦਾ ਨੌਕਰ ਬਣਨਾ ਚਾਹੁੰਦਾ ਅਲੀ ਨੂੰ ਵਲੀਉੱਲਾ ਪੜ੍ਹਨਾ ਕਹਿੰਦਾ ਨਹੀਂ ਮੈਂ ਕਿਤਾਬਾਂ ਵੀ ਨਹੀਂ ਪੜ੍ਹੀਆਂ ਅਤੇ ਮੈਂ ਕਿਹਾ ਕਿਉਂ ਤੂੰ ਅਲੀ ਨੂੰ ਵਲੀਉੱਲਾ ਪੜ੍ਹਨਾ ਚਾਹੁੰਦਾ ਆਜ਼ਾਦਾਰੋ ਮੈਨੂੰ ਚੀਖਾਂ ਮਾਰ ਕੇ ਰੋ ਕੇ ਕਹਿੰਦਾ ਹੈਦਰੀ ਸਾਹਿਬ ਮੈਂ ਹੱਜ 'ਤੇ ਗਿਆ ਸਾਂ ਕਾਬੇ ਦਾ ਤਵਾਫ ਕਰਕੇ ਜੰਨਤ ਰਬਕੀ ਪਹੁੰਚਿਆ ਮੈਂ ਜ਼ਾਹਰਾ ਦੀ ਕਬਰ ਵੇਖ ਕੇ ਸ਼ੀਆ ਹੋ ਗਿਆ ਮੈਨੂੰ ਕਿਸੇ ਜ਼ਾਕਰ ਮੌਲਵੀ ਸ਼ੀਆ ਨਹੀਂ ਕੀਤਾ ਮੈਂ ਤੁਰਬਤ ਜ਼ਾਹਰਾ ਵੇਖ ਕੇ ਗੱਲ ਮੇਰੇ ਸਾਹਮਣੇ ਆ ਗਈ ਕਿ ਤੁਸੀਂ ਸ਼ੀਆ ਮਜਲਸਾਂ 'ਚ ਕਿਉਂ ਰੋਂਦੇ ਹੋ ਕਹਿੰਦਾ ਮਸੀਤੇ ਲੈ ਜਾਓ ਕੁਰਾਨ ਸਿਰ 'ਤੇ ਰੱਖਾ ਹੋਇਆ ਹੈਦਰੀ ਸਾਹਿਬ ਮੈਂ ਪੱਕ ਲੱਗ ਗਿਆ ਤੁਹਾਡਾ ਮਜ਼ਹਬ ਸ਼ੀਆ ਦਾ ਸੱਚਾ ਹੈ ਕੁਰਾਨ ਸਿਰ 'ਤੇ ਰਖਾਓ ਮਸੀਤੇ ਲੈ ਜਾਓ ਮੈਂ ਦੱਸਣਾ ਰਸੂਲ ਦੀ ਬੇਟੀ ਜ਼ਾਹਰਾ ਅੱਜ ਵੀ ਕੈਦੀ ਕਹਿੰਦਾ ਉੱਥੇ ਪਹਿਰਾ ਲੱਗਾ ਹੈ ਬਿੰਤ ਪੈਗੰਬਰ ਦੀ ਕਬਰ 'ਤੇ ਨਾ ਕੋਈ ਤਾਜ਼ੀਮੀ ਸਜਦਾ ਕਰਨ ਦਿੰਦਾ ਨਾ ਕੋਈ ਸਲਾਮ ਕਰਦਾ ਕਹਿੰਦਾ ਅਜੀ ਸਾਹਿਬ ਕੀ ਬਿਆਨ ਕਰਾਂ ਮੈਂ ਸਾਊਦੀ ਅਰਬ ਗਿਆ ਵਹਾਬੀਆਂ ਦੇ ਘਰਾਂ 'ਚ 3-3 ਲੱਖ ਦਾ ਫਨੂਸ ਰੋਸ਼ਨ ਹੈ ਸਾਊਦੀਆਂ ਦੀਆਂ ਗੰਦੀਆਂ ਸੜਕਾਂ 'ਤੇ ਲੱਖ ਲੱਖ ਰੁਪਏ ਦਾ ਬਲਬ ਰੋਸ਼ਨ ਹੈ ਬਿੰਤੇ ਪੈਗੰਬਰ ਦੀ ਕਬਰ 'ਤੇ ਰਾਤ ਦੇ ਟਾਈਮ ਨਾ ਕੋਈ ਦੀਵਾ ਨਾ ਚਿਰਾਗ ਹੈ ਨਾ ਬਲਬ ਹੈ ਨਾ ਫਨੂਸ ਹੈ ਦਿਨ ਦੇ ਟਾਈਮ ਨਾ ਕੋਈ ਸਾਇਆ ਹੈ ਨਾ ਰਿਦਾ ਹੈ ਵਕਤ ਦਾ ਇਮਾਮ ਤੁਹਾਡਾ ਮੇਰਾ ਪੁਰਸਾ ਕਬੂਲ ਕਰੇ ਔਰ ਕਾਇਮ ਦਾ ਜਲਦ ਜ਼ਹੂਰ ਹੋਵੇ 4 ਜਾਂ 5 ਮਿੰਟ ਇਬਾਦਤ 'ਤੇ ਇਜਾਜ਼ਤ ਚਾਹੇ ਕਾਇਮ ਦੁਨੀਆ 'ਤੇ ਆਉਣਾ ਖਾਲੀ ਹੱਥ ਨਹੀਂ ਆਉਣਾ 12ਵੇਂ ਆਕਾ ਦੇ ਹੱਥ ਵਿੱਚ ਜੱਦਾ ਪਾਕ ਦੇ ਦਰਵਾਜ਼ੇ ਦੀਆਂ ਸੜੀਆਂ ਲੱਗਣੀਆਂ ਹੋਣੀਆਂ ਅਜ਼ਾਦਾਰੋ ਪਹਿਲਾ ਫੈਸਲਾ ਜਨਾਬੇ ਮੋਹਸਨ ਦੀ ਸ਼ਹਾਦਤ ਦਾ ਹੋਣਾ ਬਸ ਇਸ ਮਖਦੂਮਾ ਦੇ 4 ਜੁਮਲੇ ਹੋਰ ਸੁਣਾ ਦੇਣਾ ਮੁਕੰਮਲ ਸ਼ਹਾਦਤ ਨਹੀਂ 3 ਜਮਾਤੀ ਸਾਨੀ ਨੂੰ ਮਖਦੂਮਾ ਫਰਮਾਇਆ ਯਾ ਅਲੀ ਮੇਰੀ ਪਹਿਲੀ ਵਸੀਅਤ ਹੈ ਜਿੰਨਾ ਮੇਰੇ ਬਾਬੇ ਦਾ ਜਨਾਜ਼ਾ ਨਹੀਂ ਪੜਿਆ ਮੇਰੇ ਜਨਾਜ਼ੇ 'ਤੇ ਨਾ ਯਾ ਅਲੀ ਮੇਰੀ ਦੂਸਰੀ ਵਸੀਅਤ ਹੈ ਮੇਰਾ ਜਨਾਜ਼ਾ ਰਾਤ ਨੂੰ ਉਠਾਇਆ ਜਾਏ ਯਾ ਅਲੀ ਮੇਰੀ ਤੀਸਰੀ ਵਸੀਅਤ ਹੈ ਮੇਰੀ ਸ਼ਹਿਜ਼ਾਦੀਆਂ ਦਾ ਖਿਆਲ ਰੱਖੇ ਯਾ ਅਲੀ ਮੇਰੀ ਚੌਥੀ ਵਸੀਅਤ ਹੈ ਕਿਆਮਤ ਤੱਕ ਆਉਣ ਵਾਲੀ ਮੇਰੀ ਔਲਾਦ ਸਈਦਾਂ ਨੂੰ ਮੇਰਾ ਸਲਾਮ ਦੇ ਯਾ ਅਲੀ ਮੇਰੀ 5ਵੀਂ ਵਸੀਅਤ ਹੈ ਮੇਰੇ ਬਾਅਦ ਸ਼ਾਦੀ ਕਰਨਾ ਅੱਲਾ ਇੱਕ ਪੁੱਤਰ ਅਤਾ ਕਰੇਗਾ ਉਹਦਾ ਨਾਂ ਅਬਾਸ ਰੱਖਣਾ ਅਬਾਸ ਨੂੰ ਮੇਰੀ ਤਰਫ ਇਹ ਕੁੜਤਾ ਦੇ ਕੇ ਆਖਣਾ ਜ਼ਾਹਰਾ ਨੇ ਇੱਕ ਜ਼ਖਮੀ ਹੱਥ ਨਾਲ ਜ਼ੀਤਾ ਹੈ ਇਸੇ ਅਸਨਾ 'ਚ ਇਮਾਮ ਹਸਨ ਹੁਸੈਨ ਰੋਜ਼ਾ ਰਸੂਲ 'ਤੇ ਚਲੇ ਗਏ ਬਿੰਤੇ ਪੈਗੰਬਰ ਫਰਮਾਇਆ ਫਿਜ਼ਾ ਮੈਂ ਇਸ ਕਮਰੇ 'ਚ ਦਾਖਲ ਹੋ ਰਹੀ ਹਾਂ ਜਦ ਤੱਕ ਤਸਬੀਹ ਦੀ ਆਵਾਜ਼ ਆਉਂਦੀ ਰਹੀ ਸਮਝਣਾ ਮੈਂ ਦੁਨੀਆ 'ਤੇ ਮੌਜੂਦ ਹਾਂ ਤਸਬੀਹ ਦੀ ਆਵਾਜ਼ ਆਉਣਾ ਬੰਦ ਹੋ ਜਾਏ ਸਮਝਣਾ ਮੈਂ ਬਾਬੇ ਕੋਲ ਚਲੀ ਗਈ ਅਜ਼ਾਦਾਰੋ ਮਾਤਮੀ ਵਾਲੀ ਨੂੰ ਬੜੀ ਲੱਪੜਨ ਵਾਲੇ ਜ਼ੰਜੀਰ ਜਾਨੋ ਸੈਯਦਾਦੀ ਦਨ ਕਾ ਗੈਰ ਸੀ ਨਲਾ ਹਰਾਮ ਸਮਝਣ ਵਾਲੇ ਪੰਚਨ ਪਾਕ ਦੇ ਮੁਹਿੱਬੋ ਥੋੜੀ ਦੇਰ ਨਹੀਂ ਗੁਜ਼ਰੀ ਰੋਜ਼ਾ ਰਸੂਲ ਨੂੰ ਹਲਾਵਾ ਆਇਆ ਚਿਰਾਗ ਜਲਦਾ ਬੁਝ ਗਿਆ ਅੰਦਰੋਂ ਆਵਾਜ਼ ਆਈ ਹੈ ਹਸਨ ਹੁਸੈਨ ਘਰ ਜਾਓ ਮਾਂ ਦੁਨੀਆ ਤੋਂ ਟੁਰ ਗਈ ਇਮਾਮੇ ਹਸਨ ਹੁਸੈਨ ਦੌੜਦੇ ਦੌੜਦੇ ਆਏ ਨੇ ਇਮਾਮੇ ਦੇ ਪੇਟ ਖੋਲ ਕੇ ਗੱਲ ਚ ਆਏ ਨੇ ਨਾ ਲੈ ਨਹੀਂ ਸਬੜੀਆਂ ਜਾਓ ਮਾਂ ਉਹ ਤਫਸੀਲ ਬਿਆਨ ਨਹੀਂ ਕਰਦਾ ਕਿਵੇਂ ਮੌਲਾ ਅਲੀ ਤੇ ਜਨਾਬੇ ਫਿਜ਼ਾ ਨੇ ਗੁਸਲ ਦਿੱਤਾ ਮੈਂ ਅਰਜ਼ ਕੀਤਾ ਗੁਸਲ ਦੇ ਮੁਹਤਾਜ ਨਹੀਂ ਗੁਸਲ ਵਜ਼ੂ ਦੇ ਗੁਸਲ ਕਿਉਂ ਦਿੱਤਾ ਤਾਲੀਮ ਉਮਤ ਵਾਸਤੇ ਕਫਨ ਪਹਿਨਾ ਕੇ ਅਲੱਗ ਕਮਰੇ 'ਚ ਲਟਾਇਆ ਗਿਆ ਇਮਾਮੇ ਹਸਨ ਹੁਸੈਨ ਦਰਵਾਜ਼ੇ 'ਤੇ ਆਏ ਕਰੀਮੇ ਕਰਬਲਾ ਫਰਮਾਇਆ ਅੰਮਾ ਕਰੀਬ ਨਹੀਂ ਆਵਾਂਗਾ ਜਦ ਤੱਕ ਬੁਲਾਏਗੀ ਨੇ ਜੇ ਜਨਾਬੇ ਮਰਯਮ ਫੌਤ ਹੋਣ ਤੋਂ ਬਾਅਦ ਈਸਾ ਅਲੈਹਿ ਸਲਾਮ ਨੂੰ ਬੁਲਾ ਸਕਦੀਆਂ ਤੁਸਾਂ ਫਖਰੇ ਮਰੀਮ ਹੋ ਮੈਂ ਹੁਸੈਨ ਫਖਰੇ ਈਸਾ ਅਜ਼ਾਦਾਰੋ ਕਿਤਾਬ 'ਚ ਮੈਂ ਗੁਨਾਹਗਾਰ ਰੱਖਣ ਨਾਲ ਪੜਿਆ ਮੌਲਾ ਅਲੀ ਫਰਮਾਉਂਦੇ ਨੇ ਉਸ਼ਦੁੱਲਾਹ ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਜਿਹੜਾ ਮੇਰੇ ਹੁਸੈਨ ਨੇ ਆਖਿਆ ਮੈਂ ਕਰੀਬ ਨਹੀਂ ਆਵਾਂਗਾ ਜਦ ਤੱਕ ਬੁਲਾਏਗੇ ਨਹੀਂ ਉਸ ਵੇਲੇ ਕਫਨ ਦੇ ਬੰਦ ਤਰੁੱਟਣ ਦੋ ਹੱਥ ਜ਼ਾਹਿਰ ਹੋਏ ਆਵਾਜ਼ ਆਈ ਆ ਮੇਰਾ ਕਰਬਲਾ ਦਾ ਗਰੀਬ ਹੁਸੈਨ ਆ ਮੇਰਾ 3 ਦਿਨ ਦਾ ਭੁੱਖਾ ਤੇ ਸਾਜ਼ੂ ਜਨਾ ਤੋਂ ਜਨਨ ਵਾਲਾ ਹੁਸੈਨ ਬਾਰਵਾ ਕਾ ਤੁਹਾਡੀ ਮੇਰੀ ਇਬਾਦਤ ਕਬੂਲ ਫਰਮਾਏ ਆਖਰੀ ਜੁਬਲਨ ਕਰੀਮੇ ਕਰਬਲਾ ਮਲਕਾ ਦੋ ਜਹਾਨ ਸੀਨੇ ਨਾ ਲਾਇਆ ਬਲਕਿ ਬਾਬਾ ਜੀ ਇੰਜ ਆਖਾਂ ਤੇ ਜ਼ਿਆਦਾ ਅਦਬ ਹੈ ਸੂਰਤੁਲ ਕਦਰ ਨੇ ਸੂਰਤੁਲ ਫਜਰ ਨੂੰ ਸੀਨੇ ਨਾ ਲਾਇਆ ਕਫਨ ਦੇ ਬੰਦ ਖੁੱਲ ਚੁੱਕੇ ਸਨ ਕਰੀਮੇ ਕਰਬਲਾ ਨੂੰ ਸੀਨੇ ਨਾ ਲਾਇਆ
मुसलमान असी पागल नहीं जड़े अजामे सजदा विच दिन रात मातम करने मजलिस पढ़ने मजलिसा घर कराने कफन दे बंद खो चुके सन। इमामे हसन मुंतबा करीब आके गार नाल मां दा चेहरा वे के मेरे मुंतबा इमाम फरमाया अम्मा आज पता लगे मां हो के पुत्रां कोल पर्दा क्यों कर रही सी। अल्लाह लानतुल्लाह हे रकौम ज़ालिमीन।